बिस्मिल्लाह रहमान रहीम। अस्सलाम वालेकुम। वेख रहे हो तुसीं अपना सुरखियां चैनल ते मैं तुहाडा मेज़बान ज़िशान। भरावां ते रोज़ाना दी नवीं तो नवीं ते अच्छी तो अच्छी वीडियो लैके आ जरूर भी। उम्मीद करना इंशाल्लाह भरावां नूं वीडियो पसंद आउंदी है। वीडियो नूं लाइक भी कर दिओ, वीडियो नूं शेयर भी कर दिओ। सब तो पहला अपने चैनल नूं करना सबसक्राइब ते बैल आइकॉन का बटन जिहड़ा जरूर दबा लेना ताकि साडी आवण वाली नवी तो नवी वीडियो जी भरावां तक आसानी पहुंच सके। वीडियो जी बना लगे वीडियो इस तरह है पर गुजर की वीडियो बस सिलसिलावार वीडियो तुम वेखते पे कि हफ्ते वाले दिन ही जोड़ा ना वीडियो ये फरह की अपलोड होती है। बाकी वीडियो का एड्रैस है जे कि जिला जोड़ा गुजरात है, तहसील भी गुजरात है, पिंड जोड़ा जी इन्हों का डोगा लोकेशन अगे भी वीडियो से दराई दी है। किसी भी भराव ना हो गुजरात तो जोड़ा रोड निकलता ना भिंबर रोड, उस रोड उत्ते आना अगर स्टाप आता दौलता नगर। दौलता नगर के नाल जोड़ा ना जोड़मैन का पिंड है, यही इन्हों की लोकेशन है। बाकी नंबर स्क्रीन से लग जाना किसी भी भरा दूरों आना होकेशन जी है ना वो फरह को वट्सअप मंगा लेनी है। बार अज हफ्ते तारीख भी बनती है 10 महीना 12 2022। बाकी जी गलबात डंगर की वो सारी अभी पर कर लें पूछ लें कि किनिया ने मझा जड़िया जो उन्हें वीडियो के लाड़िया ने मझा वेखनिया ने भरावान ने। तो इंशाला उम्मीद करना कि भरावान जड़िया माल तो मुल वो इंशाला फरह का भरावान पसंद आएगा। बाकी माल पसंद आए तो नंबर स्क्रीन पर लग जाना, राबता करके अपना सौदा जोड़ा जी फैनल कर लेना। तो बिला तखीर वीडियो कर लिया जी शुरू। आओ जी गुजर साहब नंबर एक ਜੰਮਰ ਦੋ ਪਹਿਲਾ ਤੇ ਦੋ ਨੰਬਰ ਜਿਹੜੀਆਂ ਨੇ ਲਾਣੀਆਂ ਤੇ ਦੂਜੀਆਂ ਹੀ ਆ। ਤੁਸੀਂ ਆਖਿਆ ਤੇ ਪਹਿਲੇ ਨੰਬਰ ਤੇ ਤੇ ਦੂਜੇ ਨੰਬਰ ਤੇ ਝੋਟੀਆਂ ਲਾਣੇ ਆ। ਠੀਕ ਹੈ ਭਰਾਵਾਂ ਆਪੂ ਵੇਖ ਲੈਣੀਆਂ ਨੇ ਜੀ। ਅੱਜ ਭਰਾਵਾਂ ਦੇ ਫੈਸਲਾ ਹੋਵੇਗਾ ਕਿ ਵਾਕਈ ਫਰਹ ਨੇ ਜੂ ਦੀਆਂ ਡੰਗਰ ਨੇ ਕਿ ਅੱਧੇ ਅੰਜੀ ਨੇ ਜੀ। ਬਿਲਕੁਲ ਇਹ ਫਰਹ ਮੈਂ ਇੱਕ ਵਾਰੀ ਫੇਰ ਵਜ਼ਾਹਤ ਕਰ ਸਕਣਾ ਕਿ ਫਰਹ ਦਾ ਪ੍ਰੋਗਰਾਮ ਆ ਜੀ ਵੀਡੀਓ ਜੇ ਦੇ ਵਿੱਚ ਜਿਹੜਾ ਨਾ ਇਹ ਨੰਬਰ 1 ਤੇ ਨੰਬਰ 2 ਵਾਲੀ ਜਿਹੜੀ ਹੈ ਨਾ ਇਹ ਲਾਸਟ ਤੇ ਲਾਣ ਤੇ, ਲੇਕਿਨ ਮੈਂ ਇਹ ਦੇ ਅੱਗੇ ਰਿਕੁਐਸਟ ਕੀਤੀ ਹੈ ਕਿ ਜਿਹੜਾ ਨਾ ਇਹ ਮਜਾ ਪਹਿਲਾ ਭਰਾਵਾਂ ਨੂੰ ਜਿਹੜਾ ਨੇ ਇੱਕ ਵਾਰੀ ਤਕਾਣੀਆਂ ਨੇ ਤੇ ਇਨਸ਼ਾਅੱਲਾ ਉਮੀਦ ਕਰਾਂਗਾ ਕਿ ਭਰਾਵਾਂ ਨੂੰ ਮਾਲ ਤੇ ਮੁੱਲ ਉਹ ਫਰਹ ਦਾ ਪਸੰਦ ਆਵੇਗਾ। ਫਰਹ ਰਿਕੁਐਸਟ ਅੱਜ ਵੀ ਹੋਏ ਅੱਗੂ ਵੀ ਹੋਏ ਕਿ ਮੁੱਲ ਆਪਣਾ ਜਿਹੜਾ ਨਾ ਪੱਕਾ ਤੇ ਪੀਡਾ ਲਾਣਾ ਅੱਲਾ ਪਾਕ ਕਰਮ ਕਰੇਗਾ ਮੇਰੀ ਜਾਨ। ਉਹ ਗੱਲ ਪਹਿਲੇ ਵੇ ਮੁੱਲ ਉਹ ਹੀ ਲਾਈਦਾ ਜਿਹੜਾ ਲੈ ਲੈਣਾ ਹੁੰਦਾ, 1000 2000 ਦਾ ਫਰਕ ਰੱਖੀਦਾ। ਚੋਖਾ ਫਰਕ ਜਾਂ ਚੋਕਾ ਝਟਾ ਕਦੇ ਨਹੀਂ ਮਾਰਿਆ। ਮੱਝ ਜਿਸ ਤਰ੍ਹਾਂ ਲੱਭੀ ਹੋਵੇ ਨਾ ਮੇਰੀ ਆਦਤ ਹੈ ਉਸ ਤਰ੍ਹਾਂ ਹੀ ਮੁੱਲ ਲਾਣ ਦੀ। ਕਈ ਹੁੰਦੇ ਨੇ ਆਦੇ ਨੇ ਯਾਰ ਆਦਾ ਮੁੱਲ ਤੁੱਤੇ ਕਰਨਾ ਹੈ ਆਦਾ ਵੱਲ ਵੇਖ ਜਾਣੀ, ਮੈਂ ਉਹ ਕੰਮ ਨਹੀਂ ਕਦੇ ਕੀਤਾ। ਜਿਸ ਤਰ੍ਹਾਂ ਲੱਭੀ ਉਸ ਤਰ੍ਹਾਂ ਹੀ ਮੁੱਲ ਲਾਣ। ਵੈਰੀ ਗੁੱਡ ਜੀ, ਆਪਣੀ ਰੋਜ਼ੀ ਲੈਣੀ ਹੈ ਜੀ। ਅਕਲਾਲ ਦੀ ਰੋਜ਼ੀ ਲੈਣੀ ਹੈ, ਨਿੱਕੇ ਨਿੱਕੇ ਜੀ ਆਂ ਵਾ ਤੇ ਅਕਲਾਲ ਦੀ ਰੋਜ਼ੀ ਕਮਾਉਣੀ। ਜੀ ਅੱਲਾ ਪਾਕ ਦਿੰਦਾ ਹੈ ਰੋਜ਼ੀ। ਠੀਕ ਹੈ ਜੀ, ਅੱਲਾ ਪਾਕ ਦਾ ਕਰਮ। 3 ਸਾਲ ਹੋ ਗਏ ਨੇ ਭਾਈ ਅੱਲਾ ਦਾ ਬੜਾ ਹੀ ਕਰਮ ਹੈ। ਜੀ ਬਿਲਕੁਲ, ਜਿੰਨਾ ਵੀ ਸ਼ੁਕਰ ਪੈਸਾ ਨਹੀਂ ਕਮਾਇਆ, ਇੱਜ਼ਤ ਬੜੀ ਸਾਰੀ ਕਮਾ ਲਈ। ਇੱਜ਼ਤ ਕਮਾਈ ਹੈ ਸ਼ੁਕਰ ਅਲਹਮਦੁਲਿਲਾ। ਤੇ ਨੰਬਰ 1 ਤੇ ਆਹੀ ਲਾਣੀ ਹੈ। ਖੋਲੋ ਜੀ ਇੱਕ ਵਾਰੀ ਜਿਹੜਾ ਨਾ ਨੰਬਰ 1 ਜਿਹੜਾ ਨਾ ਝੋਟੀ ਦੀ ਤਸੱਲੀ ਜਿਹੜੀ ਹੈ ਨਾ ਉਹ ਬਲਾਲ ਕਰਾਏ ਕੈਮਰੇ ਦੀ ਅੱਖ ਨਾਲ ਤੇ ਬਾਕੀ ਜਿਹੜੀ ਗੱਲਬਾਤ ਹੈ ਨਾ ਉਹ ਇਨਸ਼ਾਅੱਲਾ ਨਾਲ ਨਾਲ ਜਿਹੜਾ ਨਾ ਫਰ ਕੋਲੋਂ ਇੱਕ ਇੱਕ ਤੇ ਜਾ ਕੇ ਜਿਹੜਾ ਨਾ ਪੁੱਛਾਂ ਦੇ 6 ਮਜਾ ਨੇ ਜੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੀਆਂ ਫਰਾਂ ਨੇ ਲਾਣੀਆਂ ਨੇ। ਨੰਬਰ 1 ਆ ਗਏ ਜੀ ਝੋਟੀ ਜਿਹੜੀ ਹੈ ਜੀ ਭਰਾਵਾਂ ਦੇ ਸਾਹਮਣੇ ਫਰ ਸੁਵਾ ਕੇ ਲਿਆ ਮਾਈ ਨੇ ਆਈ ਦੂਜਾ ਸੁਵਾ ਸੋਈ ਹੈ। ਠੀਕ ਹੈ, ਇਹ ਦੂਜਾ ਝੋਟੀ ਹੈ ਜੀ। ਆ ਇਹ ਕੰਨੀਆਂ ਦਾ ਬਰਾਬਰ ਕਰਦੀ ਵੀ ਜੀ, ਕੰਨੀਆਂ ਦੇ ਦੰਦ ਇਹ ਬਰਾਬਰ ਨੇ ਕੀਤੇ ਹਨ। ਅੱਖਾਂ ਦੋਵੇਂ ਜਿਹੜੀਆਂ ਨੇ ਇੱਕੋ ਜਿਹੀਆਂ, ਹਾਈਟ ਤੇ ਵੇਲ ਸਿੰਘ ਜਿਹੜਾ ਨਾ ਜੀ ਉਹ ਭਰਾਵਾਂ ਨੇ ਚੈੱਕ ਕਰ ਲੈਣਾ। ਧੁੰਨੀ ਤੇ ਕੋਲੀ ਦੀ ਤਸੱਲੀ ਬਲਾਲ ਨੇ ਕਰਾ ਫੜਨੀ ਹੈ। ਲਬਾਸ ਤੇ ਥਣ ਜਿਹੜਾ ਨਾ ਉਹ ਝੋਟੀ ਦਾ ਚੈੱਕ ਕਰ ਲੈਣਾ। ਹੱਡੀ ਜਿਹੜੀ ਹੈ ਇੱਕ ਪੁੱਠਾ ਜਿਹੜਾ ਜੀ ਭਰਾਵਾਂ ਦੇ ਸਾਹਮਣੇ। ਪਰ ਕਿੰਨੇ ਦਿਨ ਹੋ ਗਏ ਨੇ ਝੋਟੀ ਨੂੰ ਸੋਏ? ਮੈਲੇ ਲੱਗੀ ਹੈ ਭਾਈ, ਝੋਟੀ ਮੈਲੇ ਲੱਗੀ ਹੈ। ਠੀਕ ਹੋ ਗਿਆ ਤਕਰੀਬਨ ਜਿਹੜਾ ਨਾ ਕੋ 15-16। ਫਿਰ ਭਾਈ ਭਾਈ ਬਲਾਲ ਖਾਨ ਜੀ ਸ਼ੱਕ ਨਹੀਂ ਛੱਡਦਾ, ਕਹਿੰਦੇ ਨੇ ਨੀਲੀ ਦੀ ਮੱਝ ਆਵੇ ਤਾਂ ਸਿੰਘ ਵਿੱਚ ਹੀ ਰੱਖੇ ਦੀ ਬਾਹਰ ਨਹੀਂ ਕੱਢਣ ਲਈ। ਜੀ ਬਿਲਕੁਲ, ਤੱਕਿਓ ਸਿੰਘ ਵਿੱਚ ਹੀ ਹੈ ਤੇ ਕਿੰਗਰੀ ਵਾਲਾ ਇੱਥੇ ਹੀ ਮੋੜੇਗੀ, ਇੱਥੇ ਹੀ ਵਿੱਚ ਹੀ ਮੋੜ ਛੜੇ। ਬਿਲਕੁਲ ਜੈਨੂਅਨ ਜਿਹੜਾ ਸਿੰਘ ਹੈ ਕਿੰਗਰੀ ਵਾਲਾ ਭਰਾਵਾਂ ਦੇ ਸਾਹਮਣੇ ਨੇ ਮੈਲੇ ਤੇ ਲੱਗੀ ਹੈ ਬੱਚਾ ਕੇਸ। ਮਗਰ ਮਗਰ ਇਹਦੇ ਕੱਟੀ ਜੇ ਮਗਰ ਇਹਦੇ ਕੱਟੀ ਮਾਸ਼ਾਅੱਲਾ ਦੋ ਹੋ ਗਈਆਂ ਨਾ। ਪਰ ਕਿੰਨਾ ਕੁ ਦੁੱਧ ਐਸਾ ਝੋਟੀ ਕੋਲ ਆ ਹੈ ਭਾਈ? ਰਾਤ ਸੱਟਦੀ ਝੋਟੀ ਕੋਲ ਜਿੱਦਾਂ ਦਿਲ ਕਰੇ ਸਾਰੀ ਕੁੰਜ ਕੇ ਝੋਟੀ ਚੋਕ ਹੈ ਨਾ। ਠੀਕ ਹੈ,
ਸਾਰੀ ਕੁਝ ਕੇ ਜੀ ਬਿਲਕੁਲ 1810 ਪੂਰਾ ਕਰਕੇ ਇਹ ਜਿਹੜਾ ਪੂਰਾ ਕਰਾ ਲੈਣਾ ਜਿਹੜਾ ਪੂਰਾ ਕਰਾ ਲੈਣਾ ਸਾਈਆਂ ਮੈਨੂੰ 20 50 ਦੀ ਸੱਲੀ ਦਿੱਤੀ ਹੈ ਲੇਕਿਨ ਮੈਂ ਉਹ ਦੇਣੀ ਜਿਹੜੀ ਆਸਤਾਂ ਦਾ ਹੈ ਵੈਰੀ ਗੁੱਡ ਜੀ ਜਿਹੜਾ ਸਵੇਰੇ ਸ਼ਾਮੀ ਕੋ ਭਰਾ ਆਵੇ ਨਾ ਉਹਨੂੰ ਦੁੱਧ ਜਿਹੜਾ ਪੂਰਾ ਕਰਾ ਲੈਣਾ ਦੁੱਧ 18 ਆਏ ਅੱਲਾ ਪਾਕ ਜ਼ਿੰਦਗੀ ਦੇ ਸੋ ਝੋਟੀ ਕਿਸੇ ਜਗ੍ਹਾ ਤੋਂ ਨਾ ਖੁੰਜੀ ਨਹੀਂ ਆਵੀ ਠੀਕ ਹੋ ਗਿਆ ਕਿਸੇ ਜਗ੍ਹਾ ਤੋਂ ਆ ਬੱਚਾ ਅੱਗੇ ਬੰਨਣਾ ਥੋੜੀਆਂ ਥੋੜੀਆਂ ਧਾਰਾਂ ਪਾ ਆਈ ਠੀਕ ਹੈ ਲੇਕਿਨ ਮੇਰੀ ਮੱਝਾਂ ਅਗਲੀਆਂ ਵੇਖ ਲੈਣੀਆਂ ਭਰਾਵਾਂ ਥਣਾ ਤਾਂ ਨਹੀਂ ਆਈਆਂ ਹੋਣ ਕੋਈ ਵੀ ਮੱਝ ਥਣਾ ਤੇ ਨਹੀਂ ਹੋਵੇਗੀ ਇਨਸ਼ਾਅੱਲਾ ਇਹ ਬੱਚਾ ਇਹ ਸੁਣਾ ਜੀ ਆਏ ਕੱਟੀ ਸੁ ਮਗਰ ਜਿਹੜੀ ਹੈ ਨਾ ਬਲਾਲ ਨਾਲ ਹੀ ਜਿਹੜਾ ਨਾ ਇੱਕ ਵਾਰੀ ਭਰਾਵਾਂ ਨੂੰ ਤਕਾ ਛੜਨੀ ਹੈ ਮਗਰ ਇਹਦੇ ਕੱਟੀਏ ਦੁੱਧ ਦੀ ਤਸੱਲੀ ਫਰਾ ਦਾ ਲਾਣ ਹੈ ਜੀ 18 ਕਿਲੋ ਦੁੱਧ ਚੋਖਾ ਵਾਲਾ ਅਸੀਂ 18 ਕਿਲੋ 9 ਕਿਲੋ ਇੱਕ ਟਾਈਮ ਦੀ ਤਸੱਲੀ ਦਿਓ ਵੈਰੀ ਗੁੱਡ ਜੀ ਫਰ ਕਿਸੇ ਭਰਾ ਨੂੰ ਪਸੰਦ ਆਵੇ ਗੱਲ ਸੁਣਾਓ ਜੀ ਝੋਟੀ ਪੱਕੀ ਤੇ ਪੀੜੀ ਕਿੰਨੇ ਦੀ ਝੋਟੀ ਭਾਈ ਝੋਟੀ ਦਾ ਕੋਈ ਲੰਮਾ ਚੌੜਾ ਮੁੱਲ ਨਹੀਂ ਝੋਟੀ ਜਿਹੜਾ ਮਰਜ਼ੀ ਭਰਾ ਖੜੇ ਆ ਇਸ ਟਾਈਮ 18 ਸਰ ਦੁੱਧ ਉਹਦਾ 20 ਪਲੱਸ ਦੀ ਤਸੱਲੀ ਹੋਵੇ ਜੀ ਠੀਕ ਹੈ ਜਿਹੜਾ ਮੇਰੇ ਭਰਾ ਨੂੰ ਪਸੰਦ ਆ ਜੇ 3,75,000 ਦੀ ਝੋਟੀ ਦੇ ਜ਼ਿੰਦਾਬਾਦ ਜੀ 3,75,000 ਰੁਪਏ ਤੇ ਜਿਸ ਭਰਾ ਨੂੰ ਪਸੰਦ ਆ ਥੱਲੇ ਬੈਠਿਆ ਵੱਖਰਾ ਦਾ ਸਵਾਦ ਨਾ ਨਾ ਦੇ ਜੀ ਸਕੂਨ ਆਉਂਦਾ ਪੂਰਾ ਥੱਲੇ ਬੈਠਿਆ ਵੀ ਵਾਕਈ ਆ ਗਿਆ ਚੁਆਈ ਹੋ ਗਈ ਜੀ ਦੀ ਪਾਵਰ ਵਾਲਾ ਥਾਣੇ ਮਾਸ਼ਾਅੱਲਾ ਅੱਲਾ ਠੀਕ ਹੋ ਗਿਆ ਜੀ ਲੋ ਜੀ ਨੰਬਰ 1 ਜਿਹੜੀ ਹੈ ਨਾ 3,75,000 ਰੁਪਇਆ ਇਹ ਗਾੜੀ 3 ਕਿਲੋ ਦੀ ਹੋਵੇ ਜੀ ਇਹ ਗਾੜੀ ਜਿਹੜੀ ਹੈ ਜੀ ਇੱਕ ਟਾਈਮ ਦੇ ਇੱਕ ਟਾਈਮ ਦੀ 3 ਕਿਲੋ ਤੋਂ ਉੱਤੇ ਹੋਵੇ ਜੀ ਜੀ ਬਿਲਕੁਲ ਦੋਵਾਂ ਟਾਈਮਾਂ ਦੇ 6 ਕਿਲੋ ਤੋਂ ਬਾਹਰ ਜਿਹੜਾ ਨਾ ਗਾੜੀ ਹੋਵੇਗੀ ਲਓ ਜੀ ਅੱਗੇ ਖੋਲੋ ਜੀ ਨੰਬਰ ਜਿਹੜੀ ਹੈ ਨਾ ਆ ਗਈ ਜੀ ਝੋਟੀ ਜਿਹੜੀ ਇਹ 2 ਪਰ ਇਹ ਦੂਜਣੀ ਹੈ ਨਾ ਇਹ ਭਾਈ ਦੂਜਣੇ ਠੀਕ ਹੈ ਆ ਤਾਂ ਕਿਉਂ ਹੋਈ ਆ ਹੁਣ ਕੱਢਿਆ ਕੰਨੀਆਂ ਦਾ ਇਹ ਕੰਨੀਆਂ ਦੇ ਦੰਦ ਜਿਹੜੇ ਨੇ ਇਹ ਬਰਾਬਰ ਨਹੀਂ ਕੀਤੇ ਜਾ ਅੱਖਾਂ ਜੀ ਬਿਲਕੁਲ ਹਰ ਚੀਜ਼ ਭਰਾਵਾਂ ਦੇ ਸਾਹਮਣੇ ਆ ਗਈ ਥਾਣ ਲਬਾਜ ਪੂਸ਼ਲ ਦਾ ਕੋ ਕਿੱਥੇ ਜ਼ਮੀਨ ਤੇ ਲੱਗਿਆ ਜੀ ਬਿਲਕੁਲ ਫਿਰ ਲਬਾਜ ਦੀ ਚੜਾਈ ਜਿਹੜੀ ਹੈ ਨਾ ਉਹ ਚੈੱਕ ਕਰਨੀ ਇੱਧਰ ਲੈ ਆਓ ਸੋ ਇੱਕ ਵਾਰੀ ਪਿਛਾ ਜਿਹੜਾ ਨਾ ਇਹ ਮੇਰਾ ਦੋ ਡੰਗਰ ਆ ਭਰਾਵਾਂ ਨੇ ਘੁੱਟ ਕੇ ਵੇਖਣੇ ਨੇ ਤਾਂ ਮੁੱਲ ਵੀ ਵੇਖਣਾ ਪਰ ਇਹਨੇ ਕੀ ਲਾਇਆ ਜੀ ਬਿਲਕੁਲ ਅਗਲਾ ਫੈਸਲਾ ਭਰਾਵਾਂ ਨੇ ਆਪ ਕਰਨਾ ਜੀ ਮੁੱਠੀ ਵੇਖਿਓ ਝੋਟੀ ਦੀ ਅੱਲਾ ਪਾਕ ਜ਼ਿੰਦਗੀ ਦੇ ਅੱਖਾਂ ਵੇਖਿਓ ਇਹਦੀ ਅੱਖ ਦਾ ਹੀ ਮੁੱਲ ਕੋਨੀ ਜੀ ਬਿਲਕੁਲ ਅੱਖਾਂ ਦੋਵੇਂ ਇੱਕੋ ਜਈਆਂ ਪੁੱਠਾ ਚੈੱਕ ਕਰ ਲੈਣਾ ਤੇ ਛੱਤ ਜਿਹੜਾ ਨਾ ਮਾਏ ਦਾ ਉਹ ਚੈੱਕ ਕਰਨਾ ਮਾਸ਼ਾਅੱਲਾ ਕਿੰਨੇ ਚੜਾਈਆਂ ਜਿਹੜੀਆਂ ਨੇ ਨਾ ਤੇ ਫਿਰ ਲੰਬਾਈਆਂ ਜਿਹੜੀਆਂ ਨੇ ਵੇਲ ਜਿਹੜੀ ਹੈ ਨਾ ਝੋਟੀ ਦੀ ਉਹ ਵੀ ਭਰਾਵਾਂ ਨੇ ਚੈੱਕ ਕਰਨੀ ਹੈ ਫਿਰ ਕਿੰਨੇ ਪੂਰਾ ਲੰਮਕਦਾ ਪਿਆ ਜੀ ਬਿਲਕੁਲ ਕਿੰਨੇ ਦਿਨ ਹੋ ਗਏ ਜੇ ਕਿੰਨੇ ਦਿਨ ਹੋ ਗਏ ਜੇ ਸੋਏ 67 ਦੀ ਬਜਾਏ ਕੱਟੀ ਅੱਗੇ ਵੱਜੀ ਜੇ ਇੱਥੇ ਵੀ ਮਗਰ ਕੱਟੀ ਹੈ ਠੀਕ ਹੋ ਗਿਆ ਲੋ ਜੀ ਨੰਬਰ ਇਹ ਨੰਬਰ 1 ਦੇ ਮਗਰ ਵੀ ਕੱਟੀ ਤੇ ਨੰਬਰ 2 ਦੇ ਮਗਰ ਵੀ ਜਿਹੜਾ ਨਾ ਕੱਟੀ ਭਾਈ ਝੋਟੀ ਵੇਖਣੀ ਹੈ ਥਣਾ ਤੇ ਤਾਂ ਨਹੀਂ ਆਈ ਜੀ ਬਿਲਕੁਲ ਉਹ ਵੇਖ ਲੈਣੀ ਹੈ ਭਰਾਵਾਂ ਨੇ ਬਲਾਲ ਨੇ ਤਸੱਲੀ ਜਿਹੜੀ ਇਹਨਾਂ ਕਰਾ ਸੜਨੀ ਹੈ ਉਹ ਭਾਈ ਦੇ ਦੁਕਾਨ 'ਚ ਕੋਈ ਸ਼ੱਕ ਨਹੀਂ ਆ ਮੈਂ ਝੋਟੀ ਫਿਰ ਵੇਖ ਲੈਣੀ ਭਰਾਵਾਂ ਨੇ ਕਿ ਥਣਾ ਤੇ ਨਹੀਂ ਆ ਜੀ ਬਿਲਕੁਲ ਉਹ ਸਾਹਮਣੇ ਹੈ ਭਰਾਵਾਂ ਦੇ ਫਿਰ ਲੰਬਾਸ ਜਿੰਨਾ ਗਿਆ ਨਾ ਪੂਰਾ ਲਬਾਸ ਹੋਵੇ ਦਾ ਤੇ ਅਗਲਾ ਜੇ ਪਛਾਲੀ ਚ ਦੁੱਧ ਦਾ ਨਾ 400 ਟਾਈਮ ਦਾ ਠੀਕ ਹੈ ਅਕਾਲੀ ਚ ਵੀ 3.5 ਕਿਲੋ ਵਧਾ ਇਹ ਤਕਰੀਬਨ ਬਰਾਬਰ ਹੈ ਅਜੀ ਆ ਰਲਦੀ ਮਿਲਦੀ ਹੈ ਰਲਦੀ ਮਿਲਦੀ ਹੈ ਕਿੰਨਾ ਕੁ ਦੁੱਧ ਐਸਾ ਛੋਟੀ ਕੋਲ ਇਹਦੇ ਕੋਲ ਪਾਈ ਦੁੱਧ ਹੋਗਾ 17 ਕਿਲੋ ਠੀਕ ਹੈ ਠੀਕ ਹੈ ਕੋਈ ਚਵਲ ਨਹੀਂ ਮਾਰਨੀ ਵੀ ਇਹਦਾ ਲਬਾਦ ਉਹਦੇ ਨਾਲ ਵੱਡਾ ਜਿਹਦੇ ਕੋਲ ਦੁੱਧ ਚੋਖਾ ਨਹੀਂ ਇਹਦੇ ਕੋਲ ਦੁੱਧ 16 ਕਿਲੋ ਦੀ ਤਸੱਲੀ ਹੈ ਸਾਰੇ ਦੀ ਵੈਰੀ ਗੁੱਡ ਜੀ ਇਹਦੀ 16 ਦੀ ਤਸੱਲੀ ਦੇਣੀ ਹੈ ਸਾਰੇ ਦੀ ਜੀ ਆ ਲਬਾਦ ਭਰਾਵਾਂ ਨੇ ਆਪ ਵੇਖ ਲੈਣਾ ਅੱਗੇ ਪਿੱਛੇ ਕਿੰਨਾ ਜੀ ਬਿਲਕੁਲ ਕੋਈ ਮਾਈ ਮੇਰੀ ਥਣਾ ਤੇ ਨਾ ਆਈ ਮੋਟ ਮੋਟ ਥਾਣ ਦਾ ਵੱਖਰਾ ਜਿਹਾ ਥਾਣ ਹੋਵੇ ਦਾ ਪਾਵਰ ਸਮਝ ਕੇ ਕਿੱਲਾ ਠੋਕ ਦੇ ਇੱਥੇ ਹੀ ਕਿੱਲਾ ਠੋਕ ਕਰ ਦੀ ਐਂ ਸਹੀ ਲਾ ਇੱਕ ਹੋਵੇਗਾ ਇੱਕ ਲਾ ਚਵਾ ਸਾਰੀਆਂ ਦਾ ਇੱਕ ਜਿਹਾ ਹੋਵੇ ਦਾ ਠੀਕ ਹੋ ਗਿਆ ਜੀ ਇਹ ਲੋ ਜੀ ਗੁੱਜੇ ਸਾਹਿਬ ਨੰਬਰ ਜਿਹੜੀ ਹੈ ਝੋਟੀ 2 ਕਿਸੇ ਭਰਾ ਨੂੰ ਪਸੰਦ ਆਵੇ ਇਹ ਵੀ ਭਾਈ ਮੈਲਾ ਛੱਡਦੀ ਪਈ ਹੈ ਦੁੱਧ ਦਾ ਵੀ ਜਿਹੜਾ ਨਾ ਚੋਖਾ ਹੀ ਹੋਵੇ ਦਾ ਅੱਲਾ ਦੇ ਹੁਕਮ ਨਾਲ ਜਿਹੜਾ ਦੱਸਣੇ ਪਿਆ ਉਹ ਆਸ ਟਾਈਮ ਜਿਹੜਾ ਦਿਲ ਕਰੇ ਜਿੱਥੋਂ ਮਰਜ਼ੀ ਕੋ ਭਰਾ ਟੁਰ ਪਵੇ ਆ ਕੇ ਆਪਣੀ ਤਸੱਲੀ ਕਰੇ ਵੈਰੀ ਗੁੱਡ ਜੀ ਇਹ ਲਾਣ ਹੁੰਦਾ ਚੀਜ਼ ਦੇਣੀ ਹੈ ਉਹ ਪੈਸੇ ਦੇਣੇ ਨੇ ਉਹਦਾ ਹੱਕ ਬਣਦਾ ਆਪਣੀ ਚੀਜ਼ ਦੀ ਤਸੱਲੀ ਕਰਕੇ ਖੜਨਾ ਕੋਈ ਇਹਦੇ ਚ ਕੋਈ ਮਮਾਨਤ ਨਹੀਂ ਦੇਖੋ ਜੀ ਨੋਟ ਤੁਸਾਂ ਜਿਹੜੇ ਨੇ ਖਰੇ ਕੋਟੇ ਕਰਨੇ ਨੇ ਇਹ ਝੋਟੀਆਂ ਅਗਲਿਆਂ ਦਾ ਹੱਕ ਬਣਦਾ ਜਿੱਥੋਂ ਵੀ ਆਵੇ ਨਾ ਆਪਣੀਆਂ ਖਰੀਆਂ ਖੋਟੀਆਂ ਕਰਕੇ ਫੇਰ ਲੈ ਕੇ ਜਾ ਕਿਸੇ ਭਰਾ ਨੂੰ ਪਸੰਦ ਆਵੇ ਝੋਟੀ ਕਿੰਨੇ ਦੀ ਫਰਕ ਦੇ ਸਕਦਾ ਭਾਈ ਚੀਜ਼ ਤਾਂ ਮੇਰੀ ਬੜੀ ਚੌਕੀ ਸਾਰੀ ਚੰਗੀ ਤੇ ਡਾਢੀ ਠੀਕ ਹੈ ਕੋਈ ਲੰਮਾ ਚੌੜਾ ਮੁੱਲ ਨਹੀਂ ਲਾਣਾ ਆਖਰੀਆਂ ਨੰਬਰਾਂ ਤੇ ਲਾਉਂਦਾ ਤੇ ਫੇਰ ਲੰਮਾ ਚੌੜਾ ਕੀ ਪਤਾ ਕੀ ਪੇ ਕਰਦੇ ਠੀਕ ਹੈ ਜਿਹੜਾ ਮੇਰੇ ਭਰਾ ਨੂੰ ਪਸੰਦ ਆ ਜਾਏ ਨਾ ਜੀ 4,10,000 ਦੀ ਜ਼ਿੰਦਾਬਾਦ ਜੀ 4,00,000 ਚੀਲ ਵੇਖਣੀ ਭਰਾਵਾਂ ਨੇ ਆ ਜਾਪ ਬਿਲਕੁਲ ਇਹ ਭਰਾਵਾਂ ਦਾ ਪੁੱਠਾ ਵੀ ਤਕਣਾ ਕਿ ਪੂਰੇ ਫੁੱਟ ਦੀ ਮੇਰੀ ਗੱਠ ਹੈ ਜੀ ਬਿਲਕੁਲ ਤੇ ਵੱਖੀ ਵੱਖੀ ਵੀ ਧੁੰਨੀ ਵੀ ਕੋਲੀ ਵੀ ਫਿਰ ਬਟਨ ਵੀ ਸਾਰੇ ਕੰਮ ਮਾਸ਼ਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵੇਖ ਕੇ ਤੇ ਫਿਰ ਮੁੱਲ ਨੂੰ ਵੀ ਜਿਹੜਾ ਨਾ ਮੱਦੇ ਨਜ਼ਰ ਚੀਜ਼ ਵੇਖਣੀ ਚੀਜ਼ ਦਾ ਮੁੱਲ ਜੀ ਬਿਲਕੁਲ ਅੱਗੇ ਲਓ ਜਿਸ ਤਰ੍ਹਾਂ ਦੀ ਚੀਜ਼ ਆ ਵਧੀ ਉਸ ਤਰ੍ਹਾਂ ਦਾ ਮੁੱਲ ਜੀ ਬਿਲਕੁਲ ਮਿਕਸ ਵੀਡੀਓ ਹੋਵੇਗੀ ਚੁਕੇਨ ਝੋਟੀਆਂ ਵੀ ਲੱਭਣਗੀਆਂ ਤੇ ਵਿੱਚ ਜਿਹੜੇ ਮੇਰੇ ਹਾਰ ਮਾੜੇ ਭਰਾ ਨੇ ਨਾ ਜੀ ਭਾਈ ਅੱਜ ਸਾਰਿਆਂ ਨਾਲੋਂ ਪਹਿਲੇ ਮੇਰਾ ਮੀਰਪੁਰ ਦੇ ਕਈ ਭਰਾ ਨੇ ਜੀ ਐਪਟਾਬਾਦ ਦੇ ਜਿਹੜੇ ਜਿਸ ਤਰ੍ਹਾਂ ਦੇ ਵੀ ਕੋਈ ਇਹ ਭਰਾ ਫਰਮਾਇਸ਼ ਕਰੇ ਨਾ ਉਸ ਤਰ੍ਹਾਂ ਦੇ ਇਨਸ਼ਾਅੱਲਾ ਝੋਟੀ ਜਿਹੜੀ ਹੈ ਨਾ ਵੀਡੀਓ 'ਚ ਲੱਭੇਗੀ ਅੱਗੇ ਆ ਕੇ ਜੀ ਨੰਬਰ ਜਿਹੜੀ ਹੈ 3
ਪਰ ਸੁਬਾ ਕੇ ਲਿਆ ਸੋ ਭਾਈ ਪਹਿਲਾ ਨਾ ਕੀਆ ਦਿੱਤਾ ਵੀ ਮਨੀ ਜਾਂਦਾ ਠੀਕ ਹੈ ਦੂਜਾ ਸੁਬਾ ਸੂਈ ਆ ਮੂੰਹ ਚ ਛਿੱਗੀ ਜੇ ਇਹ ਮੂੰਹ ਚ ਛਿੱਗੀ ਹੈ ਜੀ ਦੂਜਣ ਦੂਜਾ ਸੁਬਾ ਸੂਈ ਜੇ ਅੱਖਾਂ ਦੋਵੇਂ ਥੋੜੀ ਜੀ ਆ ਗਣਾ ਇਹਨੇ ਕੋ ਖਾਦਾ ਪੀਤਾ ਨਹੀਂ ਖੁਸ਼ ਹੋ ਕੇ ਠੀਕ ਹੈ ਬਾਕੀ ਅੱਲਾ ਪਾਕ ਜ਼ਿੰਦਗੀ ਦੇ ਸੋ ਅੱਖਾਂ ਸਾਰੇ ਕੰਮ ਭਰਾਵਾਂ ਤੱਕ ਲੈਣੇ ਨੇ ਇੱਕ ਵਾਰੀ ਮੂੰਹ ਦੇ ਵਿੱਚ ਤਸੱਲੀ ਕਰਾ ਆ ਤਾਂ ਕੋ ਇੱਕ ਕੱਢਿਆ ਸੋ ਇੱਕ ਹੀ ਆ ਕੱਢਣਾ ਉਸ ਛਿੱਗੀ ਦਾ ਜੀ ਛਿੱਗੀ ਹੈ ਨਾ ਜੀ ਛਿੱਗੀ ਹੋ ਗਿਆ ਜੀ ਇੱਕ ਹੀ ਇਹ ਦੰਦ ਜਿਹੜਾ ਕੱਢਣਾ ਤੇ ਦੂਜਣ ਝੋਟੀ ਹੈ ਜੀ ਦੂਜਣ ਝੋਟੀ ਹੈ ਖਾਣੇ ਲਬਾਦ ਭਰਾਵਾਂ ਨੇ ਆਪ ਤੱਕ ਲੈਣਾ ਠੀਕ ਹੈ ਕਿੰਨੇ ਦਿਨ ਹੋ ਗਏ ਜੇ ਸੋਏ ਆ ਇਹਨੂੰ ਭਾਈ ਤਕਰੀਬਨ ਮਹੀਨਾ ਹੋ ਗਿਆ ਕੋਈ ਚਵਲ ਨਹੀਂ ਮਾਰਨੀ ਵਿਚਾਰੇ ਦੋ ਚਾਰ ਹੋਏ ਨੇ ਇਹ ਮੈਲਾ ਛੇਲਾ ਸੱਟ ਗਈ ਹੈ ਨਾ ਜੀ ਮੈਲਾ ਛੇਲਾ ਸੱਟ ਗਈ ਹਾਈਟ ਸਾਰੇ ਕੰਮ ਭਰਾਵਾਂ ਤੱਕ ਲੈਣੇ ਨੇ ਅੱਡੇ ਵੀ ਚੱਕ ਤੱਕ ਲੈਣੀ ਹੈ ਜੀ ਕੰਡ ਪੁੱਠਾ ਹੱਲਾ ਪਾ ਕੇ ਜ਼ਿੰਦਗੀ ਦਾ ਸੋ ਥਣ ਵੇਖਣਾ ਝੋਟੀ ਦਾ ਫਿਰ ਜੀ ਬਿਲਕੁਲ ਦੂਜਣ ਝੋਟੀ ਹੈ ਤੇ ਥਣ ਦੋ ਫਿਰ ਮੋਠ ਮੋਠ ਜੰਗਾ ਉਹਨਾਂ ਕੋਲ ਜਾਂਗਲੀਆਂ ਕੋਲ ਇੰਜੀ ਹੁੰਦੀਆਂ ਨੇ ਆ ਕੇ ਡਰਦੀਆਂ ਨੇ ਪੀ ਠੀਕ ਠੀਕ ਹੈ ਬੱਚਾ ਕਿਸ ਮਗਰ ਇਹਦੇ ਮਗਰ ਭਾਈ ਕੱਟਾ ਜੇ ਇਹਦੇ ਮਗਰ ਕੱਟਾ ਪਰ ਕਿੰਨਾ ਕੋ ਦੁੱਧ ਅਸਰ ਝੋਟੀ ਕੋਲ ਭਾਈ ਝੋਟੀ ਕੋਲ ਦੁੱਧ ਤੇ ਹਵਾ ਵਾ ਸਾਰਾ ਜੀ ਆ ਕੇ ਝੋਟੀ ਇਹ ਤਾਂ ਦਿਲ ਨਹੀਂ ਲਾਇਆ ਪਾਂਦੀ ਪਿੰਦੀ ਨਹੀਂ ਪੀ ਉਹ ਭਰਾਵਾਂ ਦੇ ਸਾਹਮਣੇ ਠੀਕ ਹੈ ਠੀਕ ਹੈ ਇਸ ਟਾਈਮ ਜਿਹੜਾ ਦਿਲ ਕਰੇ ਸਾਰੀ ਝੋਟੀ ਕੋਲ 11 ਸਿਰ ਤੋਂ ਦਿੱਤੀ ਹੈ ਇਸ ਟਾਈਮ ਜਿਹੜਾ ਆਏ ਅਸੀਂ ਉਹ ਦੱਸਣਾ ਆ ਸਾਈਆਂ ਦੇ ਘਰ ਮੈਂ 14 ਕਿਲੋ ਦੋ ਟਾਈਮ ਦਾ 7-7 ਕਿਲੋ ਦੀ ਸੱਲੀ ਕਰਕੇ ਲਿਆਂਦੀ ਜੀ ਠੀਕ ਹੋ ਗਿਆ ਠੀਕ ਹੈ ਲੇਕਿਨ ਜਿਹੜਾ ਆਇਆ ਇਸ ਟਾਈਮ ਉਹ 5.5 ਕਿਲੋ ਇੱਕ ਟਾਈਮ ਦਾ ਦੁੱਧ ਹੋਗਾ ਸਾਰੀ ਚੋਕ ਇਹ 11 ਕਿਲੋ 11 ਕਿਲੋ ਦੋਵਾਂ ਟਾਈਮਾਂ ਦਾ ਪਰ ਕਿਸੇ ਭਰਾ ਨੂੰ ਪਸੰਦ ਆਵੇ ਝੋਟੀ ਕਿੰਨੇ ਦੀ ਦੇ ਸਕਣ ਨਹੀਂ ਭਾਈ ਕੋਈ ਲੰਮਾ ਚੋੜਾ ਮੁੱਲ ਨਹੀਂ ਜਿਸ ਮੇਰੇ ਭਰਾ ਨੂੰ ਪਸੰਦ ਆ ਜਾ ਨਵੀਂ ਜਗ੍ਹਾ ਤੇ ਜਾ ਕੇ 2-4 ਦਿਹਾੜੇ ਦਿਲ ਕੋ ਨਹੀਂ ਲੰਦੀ ਠੀਕ ਹੈ ਅੱਜ ਝੋਟੀ ਨੇ ਸਵੇਰਾ ਕੋ ਪੱਠਿਆਂ ਨੂੰ ਮੂੰਹ ਮਾਰਿਆ ਖੁਸ਼ ਹੋ ਕੇ ਠੀਕ ਹੈ ਨਹੀਂ ਤਾਂ ਖੁਸ਼ ਹੋ ਕੇ ਪੱਠੇ ਨਹੀਂ ਸੁਖਾਦੇ ਨਹੀਂ ਖਾਦੇ ਆ ਕਿੰਨੇ ਦੀ ਝੋਟੀ ਦੇ ਭਾਈ ਜਿਹੜੇ ਮੇਰੇ ਭਰਾ ਨੂੰ ਪਸੰਦ ਆ ਜਾ ਨਾ ਝੋਟੀ ਕੋਈ ਲੰਮਾ ਚੋੜਾ ਮੁੱਲ ਨਹੀਂ 2,60,000 ਦੀ ਝੋਟੀ ਜ਼ਿੰਦਾਬਾਦ ਜੀ 2,60,000 ਰੁਪਏ ਦੀ ਦੇ ਸਕਣ ਨਹੀਂ ਇਹ ਨੰਬਰ ਜਿਹੜੀ ਹੈ ਨਾ 3 ਤੇ ਲਿਓ ਜੀ ਅੱਗੇ ਖੋਲੋ ਜੀ ਨੰਬਰ ਜਿਹੜੀ ਹੈ ਨਾ 4 ਟੋਟਲ ਜਿਹੜਾ ਨਾ 6 ਝੋਟੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਜ਼ਿਲ੍ਹਾ ਜਿਹੜਾ ਜੀ ਗੁਜਰਾਤ ਹੈ ਤਹਿਸੀਲ ਵੀ ਜਿਹੜਾ ਨਾ ਗੁਜਰਾਤ ਹੈ ਪਿੰਡ ਜਿਹੜਾ ਜੀ ਟੋਗਾ ਬਸ ਸਿਲਸਿਲਾਵਾਰ ਵੀਡੀਓ ਤੁਸੀਂ ਵੇਖਦੇ ਪਿਓ ਕਿ ਤਕਰੀਬਨ ਜਿਹੜਾ ਨਾ 2.5 ਸਾਲ ਹੋ ਗਏ ਨੇ ਕਿ ਵੀਡੀਓ ਜਿਹੜੀ ਹੈ ਨਾ ਫਰਹ ਦੇ ਲੱਗਦੇ ਵੀ ਅੱਗੇ ਆ ਗਈ ਜੀ ਨੰਬਰ ਜਿਹੜੀ ਹੈ ਨਾ 4 ਫਰਹ ਸੁਬਾ ਕੇ ਲਿਆ ਮਾਇਨੇ ਭਾਈ ਤੀਸਰਾ ਸੁਬਾ ਸੂਈ ਠੀਕ ਹੈ ਕਿੰਨੇ ਦਿਨ ਹੋ ਗਏ ਜੇ ਸੋਏ ਆ ਇਹਨੂੰ ਭਾਈ ਪੂਰਾ ਮਹੀਨਾ ਹੋ ਗਿਆ ਸੂਈ ਇੱਕ ਮਹੀਨਾ ਜੀ ਪੂਰਾ ਮਹੀਨਾ ਹੋ ਗਿਆ ਕੋਈ ਨਹੀਂ ਆਣਾ 20 ਦਿਨ ਹੋਏ ਨੇ 22 ਦਿਨ ਹੋਏ ਨੇ ਇਹ ਬੱਚਾ ਕਿਸ ਮਗਰ ਮਗਰ ਇਹਦਾ ਜਿਹੜਾ ਕੱਟਾ ਜੇ ਮਗਰ ਇਹਦੇ ਕੱਟਾ 1 ਮਹੀਨੇ ਦੇ ਸੂਈ ਹੈ ਸੂਵੇ ਤਰਾਵੇ ਮੁਕੰਮਲ ਨੇ ਮੱਝ ਲੱਗੀ ਹੈ ਦੁੱਧ ਦੇ ਪਰ ਕਿੰਨਾ ਕੁ ਦੁੱਧ ਅਸੜਿਆ ਹੈ ਭਾਈ ਇਸ ਟਾਈਮ ਸਾਰੀ ਮੱਝ ਕੋਲੇ ਚੋਕ ਹੈ ਨਾ ਦੁੱਧ ਹੋ ਗਿਆ 15 ਸਿਰ ਤੇ ਸਾਰੀ ਕੋਲੇ ਸਾਰੀ ਕੋਲੇ ਠੀਕ ਹੈ ਅਸੀਂ ਭਾਈ 14 ਸਿਰ ਦੀ ਤਸੱਲੀ ਦਿਆਂ ਸਾਰੀ ਦੀ ਤੇ 14 ਕਿਲੋ ਦੁੱਧ ਸਾਰੀ ਦਾ ਸਾਰੀ ਦਾ ਲਾਚਵਾ ਜਾਨੂੰ ਮੱਖਰਾ ਵਾਲਾ ਮਾਲ ਦਾ ਠੀਕ ਹੈ ਚੋਈ ਆ ਗਿਓ ਜਿਹੜਾ ਰੂਹ ਨਾਲ ਪੋਲੀ ਕੋ ਨਿੱਕਾ ਬੱਚਾ ਪਿਆ ਗਾ ਧਾਰ ਮਾਰੇ ਤੇ ਮਿਲ ਪਵੇ ਇਹ ਕਿੰਨੀ ਪੋਲੀ ਜਿਹੜਾ ਹੈ ਕਿੰਨੀ ਪੋਲੀ ਤੇ ਗੋਲ ਸੋਹਣੀ ਧਾਰ ਹੋਵੇ ਠੀਕ ਹੋ ਗਿਆ ਪਰ ਕਿਸੇ ਭਰਾ ਨੂੰ ਪਸੰਦ ਆਵੇ ਮਾਜ ਭਾਈ ਕੋਈ ਇਹਦਾ ਲੰਮਾ ਚੋੜਾ ਮੁੱਲ ਨਹੀਂ ਜਿਹੜਾ ਮੇਰਾ ਭਰਾ ਨੂੰ ਪਸੰਦ ਆ ਜੇ 2,32,000 ਦੀ ਝੋਟੀ ਜ਼ਿੰਦਾਬਾਦ ਜੀ 2,32,000 ਦੀ ਛੜਾ 32 ਕੇ ਕਰਨਾ ਰਹਿਣ ਦਿਓ ਦੋ ਮੂੰਹ ਚ ਨਿਕਲ ਗਿਆ 32 ਜਾਣ 35 ਹੋਵੇ ਜਾਂ 30 ਹੋਵੇ ਜੇ ਸੋ ਭਰਾ ਨੂੰ ਪਸੰਦ ਆਵੇ 2,30,000 ਰੁਪਏ ਦੀ ਦੇ ਸਕਣ ਨਹੀਂ ਨੰਬਰ ਜਿਹੜੀ ਹੈ ਨਾ 4 ਤੇ ਲਓ ਜੀ ਅੱਗੇ ਖੋਲੋ ਜੀ ਨੰਬਰ ਜਿਹੜੀ ਹੈ ਨਾ ਜੀ 5 ਤੇ ਨੰਬਰ ਜਿਹੜੀ ਹੈ 6 ਤੇ ਪਰ ਦੋਵੇਂ ਪਹਿਲਣਾ ਨੇ ਨਾ ਜੀ ਦੋਵੇਂ ਪਹਿਲਣਾ ਨੇ ਦੋ ਜਿਹੜੀਆਂ ਨੇ ਅੱਜ ਦੀ ਵੀਡੀਓ 'ਚ ਪਹਿਲਣਾ ਨੇ ਬਾਕੀ ਪਹਿਲਣਾ ਦੋ ਦੂਜਣਾ ਇੱਕ ਤ੍ਰੀਜਣ ਇੱਕ ਜਿਹੜੀ ਹੈ ਤ੍ਰੀਜਣ ਠੀਕ ਹੋ ਗਿਆ ਤਿੰਨ ਨੇ ਦੂਜਣਾ ਕੇ ਤਿੰਨ ਦੂਜਣਾ ਨੇ ਦੋ ਪਹਿਲਣਾ ਨੇ ਤੇ ਇੱਕ ਤੀਸਰੇ ਸੋਵੇ ਲੋ ਜੀ ਅੱਗੇ ਆ ਗਈ ਜੀ ਨੰਬਰ ਜਿਹੜੀ ਹੈ 5 ਝੋਟੀ ਪਹਿਲਣ ਮਾਸ਼ਾਅੱਲਾ ਬਹੁਤ ਸਾਰੀ ਜਿਹੜੀ ਹੈ ਨਾ ਆਂਡੇ ਹਰ ਮਗਰ ਇਹਦੇ ਕੱਟੀ ਹੈ ਨਾ ਇੱਕ ਮਹੀਨਾ ਤੇ 5 ਦਿਨ ਹੋ ਗਏ ਨੇ ਝੋਟੀ ਸੋਈ ਨੂੰ ਵੈਰੀ ਗੁੱਡ ਜੀ ਇੱਕ ਮਹੀਨਾ ਤੇ 5 ਦਿਨ ਹੋ ਗਏ ਨੇ ਝੋਟੀ ਨੂੰ ਸੋਏ ਆ ਪਿਛਲੇ ਮਹੀਨੇ ਦੀ 4 ਤਰੀਕ ਦੀ ਸੋਈ ਹੈ ਝੋਟੀ ਠੀਕ ਹੋ ਗਿਆ ਅੱਜ ਜਿਹੜੇ ਤਰੀਕ 10 ਹੋ ਗਈ ਹੈ ਜੀ 10 ਹੋ ਗਈ ਹੈ ਮੁੱਛ ਬੱਗੀ ਹੈ ਅੱਖਾਂ ਦੋਵੇਂ ਇੱਕੋ ਜਿਹੀਆਂ ਚੋਕੀ ਝੋਟੀ ਹੈ ਮੂੰਹ 'ਚ ਪਾਈ ਮੂੰਹ 'ਚ 4 ਦੰਦ ਹੈ ਜਾ ਠੀਕ ਹੈ ਬੁੱਥੀ ਸਿੰਗੀ ਬੁੱਥੀ ਜੀ ਬਿਲਕੁਲ ਆਹ ਚੀਜ਼ ਭਰਾਵਾਂ ਦੇ ਸਾਹਮਣੇ ਆ ਗਈ ਇਹ ਛੋਟੀ ਛੋਟੀ ਸਿੰਗੀ ਹੈ ਬੁੱਥੀ ਬਿਲਕੁਲ ਬਰੀਕ ਹੈ ਪਰ ਕਿੰਨਾ ਕੁ ਦੁੱਧ ਅਸਰ ਝੋਟੀ ਕੋਲ ਆਇਆ ਹੈ ਇਹ ਪਿਛਲੀ ਵੀਡੀਓ 'ਚ ਪਾਈ ਹੈ ਦੁੱਧ ਆਹ ਝੋਟੀ ਕੋਲ 13-14 ਕਿਲੋ ਠੀਕ ਹੈ ਠੀਕ ਹੈ ਜੀ ਝੋਟੀ ਹੋ ਗਈ ਥੋੜੀ ਠੰਡ ਨਾਲ ਕਾ ਪਿਛਾ ਹੋ ਗਿਆ ਝੋਟੀ ਨੂੰ ਠੀਕ ਹੈ ਉਸ ਝੋਟੀ ਹੋ ਗਈ ਖਰਾਬ ਜੀ ਵਿੱਕੀ ਹੀ ਝੋਟੀ ਨਹੀਂ ਦਿੱਤੀ ਠੀਕ ਹੋ ਗਿਆ ਉਹਨੂੰ ਫੋਨ ਕੀਤਾ ਮੈਂ ਕਿਹਾ ਭਾਈ ਝੋਟੀ ਸੱਟ ਨਹੀਂ ਜੀ ਬਿਲਕੁਲ ਇਹ ਵੀ ਉਸ ਬੰਦੇ ਦਾ 10,000 ਰੁਪਇਆ ਪਿਆਨਾ ਮੇਰੇ ਕੋਲ ਉਹਨੇ ਕਿਹਾ ਮਾਈ ਤੇਰੇ ਕੋਲ ਵੀ ਲੈਣੀ ਠੀਕ ਹੈ ਠੀਕ ਹੈ ਜਿਹੜੀ ਪਸੰਦ ਆਈ ਜਿਹੜੀ ਪਸੰਦ ਆਈ ਮੈਂ ਕਿਹਾ ਵੀਡੀਓ ਲੱਗੇ ਜੀ ਵੇਖ ਲਿਓ ਜੀ ਬਿਲਕੁਲ ਇਸ ਟਾਈਮ ਕਿੰਨਾ ਦੁੱਧ ਹੈ ਇਸ ਟਾਈਮ ਮਾਈ ਕੋਲ ਭਾਈ ਸਾਰੀ ਕੋਲ 12 ਸਿਰ ਦੁੱਧ ਹੈ ਜੀ ਇਹ ਸਾਰੀ ਝੋਟੀ ਕੋਲ ਹੈ ਸਾਰੀ ਝੋਟੀ ਕੋਲ ਬੱਚਾ ਮਗਰ ਕੱਟੀ ਹੈ ਜੀ ਮਗਰ ਕੱਟੀ ਨੰਬਰ ਜਿਹੜੀ ਹੈ ਜੀ 5 5 ਕਿਸੇ ਭਰਾ ਨੂੰ ਪਸੰਦ ਆਵੇ ਪਰ ਝੋਟੀ
ਭਾਈ ਝੋਟੀ ਭਰਾ ਮਰੇ ਆਪ ਵੇਲਾ ਇਹ ਨਿੱਕੀ ਵੱਕੀ ਦੀ ਤੇ ਸਾਰੀ ਗੋਲ ਤੇ ਸੁਥਰੀ ਝੋਟੀ ਜੀ ਬਿਲਕੁਲ ਆਪ ਨੇ ਝੋਟੀਆਂ ਆਮ ਕੋ ਨਹੀਂ ਲੱਭਦੀਆਂ ਠੀਕ ਹੈ ਅੱਲਾ ਪਾਕ ਨੂੰ ਜ਼ਿੰਦਗੀ ਤੇ ਬੜੀ ਵੱਖਰੀ ਜੀ ਝੋਟੀ ਹੈ ਜੀ ਬਿਲਕੁਲ ਜਿਹੜੇ ਮੇਰੇ ਭਰਾ ਨੂੰ ਪਸੰਦ ਆ ਜੇ ਨਾ ਕੋਈ ਲੰਮਾ ਚੜਾ ਮੁੱਲ ਨਹੀਂ 10,000 ਤਰਾ ਜੀ ਛੱਡ ਦੇਣਾ 2,90,000 ਦੇ ਜ਼ਿੰਦਾਬਾਦ ਜੀ 2,90,000 ਤੇ 90,000 ਇਹਦਾ ਕੋਈ ਮੁੱਲ ਨਹੀਂ ਹੋਣਾ 2,90,000 ਦੇ ਜਿਸ ਭਰਾ ਨੂੰ ਪਸੰਦ ਆਵੇ ਝੋਟੀ ਵੀ ਵੇਖ ਲੈਣੀ ਹੈ ਤੇ ਮੁੱਲ ਜਿਹੜਾ ਹੈ ਨਾ ਉਹ ਭਰਾਵਾਂ ਨੇ ਵੇਖ ਲੈਣਾ ਤੇ ਅਗਲਾ ਭਾਈ ਵੰਗਲ ਮਾਰੇ ਪਤਾ ਲੱਗਦਾ ਕਿ ਇੱਥੇ ਵੱਖੀ ਆਏ ਜੀ ਬਿਲਕੁਲ ਇਹ ਸਾਰੀ ਗੋਲ ਦੇ ਹੋਈ ਮਾਸ਼ਾਅੱਲਾ ਆਂਡਿਆਰ ਜਿਹੜਾ ਹੈ ਨਾ ਅੱਗੇ ਲਿਓ ਹਾਂ ਜੀ ਨੰਬਰ ਜਿਹੜੀ ਇਹਨਾਂ ਜੀ 6 ਥੋੜਾ ਡਰਦੀ ਆ ਤੇ 6 ਤੇ ਅੱਜ ਦੀ ਵੀਡੀਓ ਦੀ ਆਖਰੀ थोड़ा डर झोटी को छे सवेरे ते छे शामी बारह किलो जी ठीक है ਝੋਟੀ ਦੀ ਮੂੰਹ ਅੱਖਾਂ ਜੀ ਬਿਲਕੁਲ ਅੱਲਾ ਪਾਕ ਜ਼ਿੰਦਗੀ ਦਾ ਥੋੜਾ ਜਿਹਾ ਡਰਦੀ ਵੀ ਤੁਹਾਡੇ ਤੋਂ ਇਹ ਮੂੰਹ ਚੁੱਕੇ ਜੇ ਮੂੰਹ ਚ ਛਿੱਗੀ ਜੇ ਮੂੰਹ ਚ ਛਿੱਗੀ ਹੈ ਜੀ ਇਹ ਕੰਨੀਆਂ ਦਾ ਇੱਕ ਕੱਢਿਆ ਸੀ ਕੀ ਕੱਢਣਾ ਠੀਕ ਹੋ ਗਿਆ ਜੀ ਮੂੰਹ ਚ ਛੇ ਦੰਦ ਹੈ ਇਧਰ ਆਵਣ ਦੇ ਉਸੋ ਇਹ ਫਰਹ ਦੁੱਧ 12 ਕਿਲੋ ਕਿੰਨਾ ਵੰਡਾ ਇਹਨੂੰ ਪਾਉਂਦੇ ਹੋ ਫੇ ਰੋਜ਼ ਭਾਈ ਨਾਦਕਿਆਂ ਦੇ ਨਾਲ ਹੀ ਸੱਟੀ ਦਾ ਕੋਈ ਮਿਲਿਆ ਨਹੀਂ ਕਦੇ ਕਦੇ ਮਿਲਿਆ ਨਹੀਂ ਨਾ ਗਲਤ ਗੱਲ ਨਹੀਂ ਕਰਨੀ ਆ ਵੀ ਭਾਈ ਨਾਦਕਿਆਂ ਦੇ ਨਾਲ ਹੀ ਸਾਰੀਆਂ ਦਾ ਇਕੱਠਾ ਹੀ ਪਿਆ ਹੁੰਦਾ ਠੀਕ ਹੈ ਉਹਦੇ ਵਿੱਚੋਂ ਹੀ ਸਾਰੀਆਂ ਨੂੰ ਸੱਟੀ ਆਵੇ ਇਹ ਸੱਟੀ ਆਵਣ ਹੈ ਪਰ ਕਿਸੇ ਭਰਾ ਨੂੰ ਪਸੰਦ ਆਵੇ ਝੋਟੀ ਨੰਬਰ ਜਿਹੜੀ ਹੈ ਨਾ ਪਰ ਲਿਓ ਇੱਕ ਵਾਰੀ ਝੋਟੀ ਜਿਹੜੀ ਹੈ ਨਾ ਖੋਲੋ ਇੱਕ ਵਾਰੀ ਬਾਅਦ ਤੇ ਫਿਰ ਵੀਡੀਓ ਕਰੀਏ ਜੀ ਖਤਮ ਇਨਸ਼ਾਅੱਲਾ ਉਮੀਦ ਕਰਾਂਗਾ ਕਿ ਭਰਾਵਾਂ ਨੂੰ ਵੀਡੀਓ ਪਸੰਦ ਆਵੇਗੀ 6 ਮੱਝਾਂ ਨੇ ਜਿਹੜੀਆਂ ਤਕਾਈਆਂ ਨੇ ਜਿਹੜੀ ਜਿਹੜੀ ਕਿਸੇ ਭਰਾ ਨੂੰ ਪਸੰਦ ਆਈ ਨਾ ਪੁੱਛਾਂ ਵੇਖਣਾ ਕਿੰਨੇ ਜ਼ਮੀਨ ਤੇ ਲਟਕਦਾ ਪਿਆ ਇਹ ਇਕੱਲੀ ਵੀ ਵੇੜੇ 'ਚ ਵੱਜੀ ਨਾ ਠੀਕ ਹੈ ਵੱਖਰੀ ਜੀ ਨਜ਼ਰ ਆਵੇਦੀ ਠੀਕ ਹੋ ਗਿਆ ਜੀ ਇਨਸ਼ਾਅੱਲਾ ਉਮੀਦ ਕਰਾਂਗਾ ਕਿ ਭਰਾਵਾਂ ਨੂੰ ਵੀਡੀਓ ਪਸੰਦ ਆਵੇਗੀ ਵੀਡੀਓ ਜਿਹੜਾ ਭਰਾ ਕਹਿੰਦੇ ਨਾ ਅਸੀਂ ਇਕੱਲੀ ਰੱਖਣੀ ਹੈ ਜੀ ਬਲਾਲ ਇੱਕ ਵਾਰੀ ਫੇਰ ਵਹਾ ਸਾੜਦਾ ਕੱਟੀ ਵੀ ਜਿਹੜਾ ਨਾ ਇੱਕ ਵਾਰੀ ਮੈਂ ਵਜ਼ਾਹਤ ਕਰ ਸਕਣਾ ਜੀ ਨੰਬਰ ਜਿਹੜੀ ਇੱਕ ਲੱਗੀ ਹੈ ਨਾ ਝੋਟੀ ਉਹਦੇ ਇਨਸ਼ਾਅੱਲਾ ਇਸ ਵੀਡੀਓ ਤੋਂ ਬਾਅਦ ਜਿਹੜੀ ਲਾਈਵ ਚੋਂ ਆਈ ਹੈ ਨਾ ਉਹ ਇਨਸ਼ਾਅੱਲਾ ਹੋਵੇਗੀ ਤੇ ਉਹ ਕਿਸੇ ਵੀ ਭਰਾ ਵੇਖਣੀ ਹੋਈ ਨਾ ਡਾਕਟਰ ਐਂਡ ਫੀਡ ਚੈਨਲ ਹੈ ਉਹ ਵੀ ਆਪਣੇ ਤੇ ਇਨਸ਼ਾਅੱਲਾ ਲਿੰਕ ਮੇਰੇ ਕੋਲ ਮੰਗਵਾ ਲਿਆ ਜੇ ਕਿਸੇ ਨੂੰ ਬਿਲਕੁਲ ਉਹਦੇ ਇਨਸ਼ਾਅੱਲਾ ਜਿਹੜਾ ਲਾਈਵ ਚੋਂ ਆਈ ਜਿਹੜੀ ਹੈ ਨਾ ਉਹਦੇ ਤੇ ਇਨਸ਼ਾਅੱਲਾ ਦਿਖਾਵਾਂਗੇ ਦੁੱਧ ਵੀ ਜਿਹੜਾ ਤੇ ਮਜ਼ੀਦ ਕਿਸੇ ਭਰਾ ਤਸੱਲੀ ਲੈਣੀ ਹੋਈ ਉਹਦਾ ਲਿੰਕ ਫਰਹ ਕੋਲੋਂ ਮੰਗਾ ਲੈਣਾ ਜਾਂ ਸਰਚ ਕਰ ਲੈਣਾ ਨਾ ਯੂਟਿਊਬ ਤੇ ਇਨਸ਼ਾਅੱਲਾ ਵੀ ਜਿਹੜਾ ਨਾ ਇਸੇ ਵੀਡੀਓ ਦੇ ਨਾਲ ਜਿਹੜਾ ਨਾ ਵੀਡੀਓ ਅਪਲੋਡ ਹੋਵੇਗੀ ਤੇ ਉਹਦੀ ਜਿਹੜਾ ਨਾ ਚੁਆਈ ਤੁਸੀਂ ਵੇਖ ਲੈਣੀ ਹੈ ਬਾਕੀ ਵੀਡੀਓ ਕਰਨ ਲੱਗਿਆ ਜੀ ਖਤਮ ਉਮੀਦ ਕਰਨਾ ਇਨਸ਼ਾਅੱਲਾ ਭਰਾਵਾਂ ਨੂੰ ਵੀਡੀਓ ਪਸੰਦ ਆਉਂਦੀ ਹੈ ਲਾਈਕ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਇਸੇ ਵੀਡੀਓ ਦੇ ਨਾਲ ਦਿਓ ਇਜਾਜ਼ਤ ਇਨਸ਼ਾਅੱਲਾ ਅਗਲੇ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਵਾਂਗੇ ਨਾਰਾ ਮਾਰਨਾ ਜੀ ਪਾਕਿਸਤਾਨ ਜ਼ਿੰਦਾ